ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸਾਥੀਓ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸਾਨ ਅੰਦੋਲਨ ਬਹੁਤ ਜ਼ੋਰ ਸ਼ੋਰ ਨਾਲ ਸਾਡੇ ਭਾਰਤ ਦੇਸ਼ ਦੇ ਵਿੱਚ ਚੱਲ ਰਿਹਾ ਅਤੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਬਹੁਤ ਹੀ ਮਜ਼ਬੂਤੀ ਦੇ ਨਾਲ ਆਪਣੇ ਪੱਖ ਰੱਖ ਰਹੀਆਂ ਨੇ ਅਤੇ ਦਿੱਲੀ ਦੇ ਵਿੱਚ ਸਾਨੂੰ ਵੀ ਟਰਾਂਸਪੋਰਟੇਸ਼ਨ ਨਿਭਾਉਣ ਦਾ ਇਹਨਾਂ ਦੇ ਨਾਲ ਮੌਕਾ ਮਿਲਿਆ ਅਤੇ ਅੱਜ ਗੁਰੂ ਘਰ ਦਾ ਲੰਗਰ ਆਇਆ ਸੀ ਅਤੇ ਲੰਗਰ ਛਕਾਉਣ ਦਾ ਸਾਨੂੰ ਅੱਧੇ ਕੁ ਘੰਟੇ ਵਾਸਤੇ ਮੌਕਾ ਮਿਲਿਆ ਅਤੇ ਅੱਧੇ ਕੁ ਘੰਟੇ ਦੇ ਵਿੱਚ ਅਸੀਂ ਇੱਕ ਦੋ ਫੋਟੋਆਂ ਲਈਆਂ ਸੀਗੀਆਂ ਜਿਹੜੀਆਂ ਕਿ ਅਸੀਂ ਇੱਕ ਪ੍ਰੂਫ ਦੇ ਤੌਰ 'ਤੇ ਰੱਖੀਆਂ ਨੇ ਵੀ ਅੱਜ ਸਾਡੇ ਕਿਸਾਨਾਂ ਦੀ ਪਹਿਲੀ ਜਿੱਤ ਹੋਈ ਹੈ। ਇਹਨਾਂ ਨੇ ਉਹਨਾਂ ਦੀ ਰੋਟੀ ਨਹੀਂ ਖਾਧੀ ਅੱਜ ਤੱਕ, ਇਹਨਾਂ ਨੇ ਚਾਹ ਨਹੀਂ ਉਹਨਾਂ ਦੀ ਪੀਤੀ, ਲੇਕਿਨ ਅੱਜ ਉਹਨਾਂ ਨੇ ਸਾਡੇ ਗੁਰੂ ਘਰ ਦਾ ਲੰਗਰ ਜ਼ਰੂਰ ਛਕਿਆ। ਸੋ ਜਿਹੜਾ ਇਹ ਸੋਸ਼ਲ ਦਿਖਾਵੇ ਜੇ ਨੇ ਜਿਹੜੇ ਇਹਨਾਂ ਫੋਟੋਆਂ ਨੂੰ ਇਸ ਚੀਜ਼ ਨਾਲ ਨਾ ਜੋੜਿਆ ਜਾਵੇ, ਅਸੀਂ ਤਾਂ ਸਿਰਫ ਜਿਹੜੇ ਸਾਡੀਆਂ ਜੋ ਕਿਸਾਨ ਜਥੇਬੰਦੀਆਂ ਨੇ ਅੰਦਰ ਫੈਸਲੇ ਲੈਣੇ ਆ, ਕਿਉਂਕਿ ਅਸੀਂ ਕਿਸਾਨ ਜਥੇਬੰਦੀਆਂ ਦੀ ਟੀਮ ਦੇ ਵਿੱਚ ਨਹੀਂ ਹੈਗੇ ਅਤੇ ਉਹ ਜਿਹੜੇ ਫੈਸਲੇ ਨੇ ਕਿਸਾਨ ਜਥੇਬੰਦੀਆਂ ਬਹੁਤ ਸਟਰੋਂਗਲੀ ਲੈ ਰਹੀਆਂ ਨੇ ਅਤੇ ਜੇ ਫੋਟੋ ਦੇ ਨਾਲ ਇਹਨਾਂ ਨੂੰ ਤਾਂ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ। ਅਸੀਂ ਤਾਂ ਆਪਦੇ ਪ੍ਰੂਫ ਦੇ ਤੌਰ 'ਤੇ ਰੱਖੀਏ ਕਿ ਅਸੀਂ ਇਹਨਾਂ ਨੂੰ ਅੱਜ ਲੰਗਰ ਛਕਾਉਣ ਦੇ ਵਿੱਚ ਕਾਮਯਾਬ ਹੋ ਗਏ ਹਾਂ ਔਰ ਜਿੰਦਾ ਖਾਧਾ ਆ ਜਨ।